ਹਾਲੇ ਵੀ ਨਿਸ਼ਾਨ ਆ ਬੱਚੇ ਦੇ ਮਾਰ ਦੇ। ਆ ਦੇਖੋ ਤੇ ਮੈਨੂੰ ਦੱਸੋ ਵੀ ਕਿੰਨੇ ਸਮੇਂ ਤੋਂ ਤੁਸੀਂ ਉਹਨਾਂ ਕੋਲ ਸੀ ਇਹਨਾਂ ਦੇ? ਉਹ ਛੋਟਾ ਜਿਹਾ ਹੁੰਦਾ ਸੀ ਤੇ ਗੋਹਾ ਛਟਾਉਂਦਾ ਸੀ ਮਾਰਦਾ ਸੀ ਤੇ ਘੋੜਿਆਂ ਨੂੰ ਪਾਣੀ ਪਾਇਆ ਉਹਨੇ ਪੱਠੇ ਪਾਉਣੇ ਆ ਫਿਰ ਲਿੱਦ ਲੁੱਦ ਸੁੱਟਣੀ ਆ ਹਾਂਜੀ ਫਿਰ ਮਾਰਦਾ ਜੋ। ਅਤੇ ਅਸੀਂ ਦੇਖਿਆ ਤੁਹਾਡੇ ਪਿੰਡੇ 'ਤੇ ਲਾਸ਼ਾਂ ਪਈਆਂ ਹੋਈਆਂ, ਕਾਹਨਾਂ ਮਾਰਦੇ ਸੀ ਇਹ? ਕੜੇ ਮਾਰਦੇ ਛੋਟਾ ਮਾਰਦੇ ਤੇ ਮੁੱਕੀਆਂ ਮਾਰਦੇ। ਠੰਡ ਦੇ ਵਿੱਚ ਕੋਟੀ ਨਹੀਂ ਦਿੰਦੇ ਰੋਟੀ ਦਿੰਦੇ ਸੀ ਰੋਟੀ ਦਿੰਦੇ ਗਾਲਾਂ ਕੱਢਦੇ ਸੀ ਨਾਲ। ਮੈਨੂੰ ਦੱਸੋ ਵੀ ਇੰਨਾ ਚਿਰ ਹੋ ਗਿਆ ਤੁਹਾਨੂੰ ਉੱਥੇ ਮਾਰਦੇ ਕੁੱਟਦਿਆਂ ਨੂੰ, ਤੁਹਾਨੂੰ ਕਦੀ ਕਿਸੇ ਨੇ ਛੁਡਾਇਆ ਨਹੀਂ ਜਾਂ ਕਦੀ ਕਿਸੇ ਨੇ ਤੁਹਾਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਆ ਕੇ? ਸਾਰੇ ਲੋਕ ਉਹਦੇ ਕੋਲ ਡਰਦੇ ਆ, ਉਹ ਕੋਈ ਨਹੀਂ ਰਹਿੰਦਾ ਉਹ ਲਾਗੇ, ਪੁਲਿਸ ਵਾਲੇ ਵੀ ਉਹਦੇ ਨਾਲ ਦੇ ਆ। ਮੇਰੇ ਘਰ ਮੰਮੀ ਆਈ, ਮੰਮੀ ਨੂੰ ਧੱਕਾ ਮਾਰ ਕੇ ਸੁੱਟਤਾ ਇਹਨਾਂ ਨੇ। ਕੁਛ ਲੋਕ ਬਾਣੀ ਤੋਂ ਟੁੱਟੇ ਹੁੰਦੇ ਅਤੇ ਕੁਛ ਲੋਕ ਬਾਣੀ ਤੋਂ ਟੁੱਟੇ ਹੁੰਦੇ ਆ। ਉਹ ਨਿਹੰਗ ਸਿੰਘ ਨਾ ਤਾਂ ਨਿਹੰਗ ਸਿੰਘ ਸੀ ਅਤੇ ਨਾ ਉਹ ਬਾਣੀ ਦਾ ਹੀ ਪੱਕਾ ਸੀਗਾ। ਬੜੀ ਬੁਰੀ ਤਰ੍ਹਾਂ ਇਸ ਤਰ੍ਹਾਂ ਮੈਂ ਸ਼ਾਇਦ ਜਾਨਵਰ ਨਹੀਂ ਵੇਖਿਆ ਹੋਣਾ ਜਿਹੜਾ ਜਾਨਵਰ ਨੂੰ ਵੀ ਕੋਈ ਇਨਸਾਨ ਕੁੱਟਦਾ ਹੋਵੇ। ਬੜੀ ਬੁਰੀ ਤਰ੍ਹਾਂ ਇਹਨੂੰ ਮਾਰ ਰਿਹਾ ਸੀਗਾ। ਸਾਰੀ ਦਿਹਾੜੀ ਇਹਦੇ ਕੋਲ ਗੋਹਾ ਕੂੜਾ ਕਰਾਉਣਾ, ਲਿੱਦ ਚੁਕਾਉਣੀ, ਡੰਗਰਾਂ ਨੂੰ ਪਾਣੀ ਪਾਉਣਾ, ਗਜ਼ਾ ਕਰਾਉਣੀ, ਗਰਾਈ ਲਈ ਭੇਜਣਾ, ਇਹਦੇ ਹੱਥ ਲਿਫਾਫਾ ਵੀ ਤੋੜਨਾ ਉਹਨੇ ਪ੍ਰਸ਼ਾਦ ਦਾ, ਪ੍ਰਸ਼ਾਦ ਦਾ ਲਿਫਾਫਾ ਤੋੜ ਕੇ ਅਤੇ ਫਿਰ ਇਹਦੇ ਕੋਲ ਗਰਾਈ ਵੀ ਕਰਾਉਣੀ ਅਤੇ ਸ਼ਾਮ ਨੂੰ ਉਹਨੇ ਦੋ ਰੇੜੀਆਂ ਉੱਥੇ ਲਾਉਣੀਆਂ ਫਰੂਟ ਦੀਆਂ ਅਤੇ ਇੱਕ ਸਬਜ਼ੀ ਦੀ, ਇਹਨਾਂ ਕੋਲ ਧੱਕੇ ਨਾਲ ਉਹ ਵੀ ਕੰਮ ਕਰਾਉਣਾ। ਜਦੋਂ ਉਹਨੂੰ ਮੈਂ ਪੁੱਛਿਆ ਵੀ ਕੀ ਗੱਲ ਆ, ਉਹ ਕਹਿੰਦਾ ਮੇਰਾ ਬੇਟਾ ਤੂੰ ਕੌਣ ਹੁੰਦਾ? ਮੈਂ ਵੀ ਬਿਲਕੁਲ ਮੰਨ ਲੈਂਦੇ ਤੇਰਾ ਬੇਟਾ, ਅਤੇ ਪਰ ਤੂੰ ਸੜਕ 'ਤੇ ਨਹੀਂ ਕੁੱਟ ਸਕਦਾ, ਅਤੇ ਜਿਸ ਤਰ੍ਹਾਂ ਤੂੰ ਕੁੱਟ ਰਿਹਾ ਇਸ ਤਰ੍ਹਾਂ ਦਾ ਕੋਈ ਬਾਪ ਜਿਹੜਾ ਵਾ ਉਹ ਆਪਣੇ ਬੱਚੇ ਨੂੰ ਨਹੀਂ ਕੁੱਟਦਾ ਤਾਂ ਮੈਨੂੰ ਲੱਗਦਾ ਤੇਰਾ ਬੱਚਾ ਨਹੀਂ ਹੈ। ਮੈਨੂੰ ਸ਼ੱਕ ਉਦੋਂ ਹੀ ਹੋ ਗਿਆ। ਬਾਪ ਬਾਂਹ ਤੋਂ ਬਜਰਤ ਸੀਗਾ ਅਤੇ ਚੂਲਾ ਵੀ ਟੁੱਟ ਗਿਆ। ਜਦੋਂ ਉਹਦਾ ਚੂਲਾ ਟੁੱਟਾ ਬੱਚਾ ਉਦੋਂ ਉਹਦੇ ਘਰ ਚੁੱਕ ਕੇ ਲਿਆਂਦਾ। ਬੱਚਾ ਮੰਗਣਾ ਤੇਰਾ ਟੋਟੇ ਕਰਾਂਗੇ ਵੱਢਾਂਗੇ, ਇਹੋ ਜਿਹੀਆਂ ਗੱਲਾਂ ਕਰਕੇ ਉਹ ਡਰੇ ਹੋਏ ਸਹਿਮੇ ਹੋਏ ਪਰਿਵਾਰ, ਉਹ ਪਰਿਵਾਰ ਡਰਿਆ ਹੋਇਆ ਸੀ ਕਿ ਉਹ ਮਜ਼ਦੂਰ ਪਰਿਵਾਰ ਸੀਗਾ। ਵੀ ਇਹੋ ਜਿਹੇ ਲੋਕ ਜਿਹੜੇ ਗਲਤ ਅਨਸਰ ਜਿਹੜੇ ਤੁਹਾਡੇ ਨਾਲ ਜੁੜੇ ਆ ਉਹਨਾਂ ਦੀ ਪਛਾਣ ਜ਼ਰੂਰ ਕਰੋ, ਪਛਾਣ ਕਰਕੇ, ਕਿਉਂਕਿ ਇਹੋ ਜਿਹੇ ਬੱਚੇ ਇਹ ਇੱਕ ਸੂਰਜਦੀਪ ਸਿੰਘ ਨਹੀਂ ਆ, ਬੜੇ ਸੂਰਜ ਨੇ, ਬੜੇ ਦੀਪ ਨੇ, ਜਿਹੜੇ ਇਹੋ ਜਿਹੇ ਭੇਖੀ ਨਿਹੰਗਾਂ ਨੇ ਆਪਣੇ ਕੋਲ ਰੱਖੇ ਅਤੇ ਉਹਨਾਂ ਕੋਲ ਜਿਹੜਾ ਗਲਤ ਕੰਮ ਕਰਾ ਰਹੇ ਆ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ। ਤਸਵੀਰਾਂ ਵਿਖਾਵਾਂਗੇ ਤੁਹਾਨੂੰ ਉਸ ਛੋਟੇ ਜਿਹੇ ਬੱਚੇ ਦੀਆਂ ਜਿਸ ਬੱਚੇ ਨੂੰ ਇੱਕ ਨਿਹੰਗ ਸਿੰਘ ਵੱਲੋਂ ਜਿਹੜਾ ਕਿ ਬਧੂਆ ਬਣਾ ਕੇ ਉਸ 'ਤੇ ਜਿਹੜਾ ਕਿ ਛੇਧਰ ਕੀਤਾ ਜਾਂਦਾ ਸੀ, ਉਸ ਨੂੰ ਮਾਰ ਕੁਟਾਈ ਕੀਤੀ ਜਾਂਦੀ ਸੀ। ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿਸ ਤਰ੍ਹਾਂ ਇਸ ਬੱਚੇ ਦੀਆਂ ਜਿਹੜੇ ਕਿ ਪਿੰਡੇ ਉੱਤੇ ਲਾਸ਼ਾਂ ਪਈਆਂ ਹੋਈਆਂ ਨੇ, ਕਿਸ ਤਰ੍ਹਾਂ ਜਿਹੜੀਆਂ ਸੱਟਾਂ ਲੱਗੀਆਂ ਹੋਈਆਂ ਨੇ, ਅਤੇ ਉਸ ਬਾਅਦ ਉਸ ਤੋਂ ਬਾਅਦ ਜਿਹੜਾ ਕਿ ਸਮਾਜ ਸੇਵੀ ਜਿਹੜੇ ਕਿ ਸਰਬਜੀਤ ਸਿੰਘ ਹੈਰੇ ਜਿਹੜੇ ਕਿ ਨੌਜਵਾਨ ਸਭਾ ਦੇ ਆਗੂ ਨੇ, ਉਹਨਾਂ ਵੱਲੋਂ ਇਸ ਬੱਚੇ ਨੂੰ ਜਿਹੜਾ ਕਿ ਆਜ਼ਾਦ ਕਰਵਾਇਆ ਗਿਆ, ਅਤੇ ਸਾਰੀ ਗੱਲਬਾਤ ਵੀ ਕਰਾਂਗੇ, ਪੁੱਛਾਂਗੇ ਇਸ ਮਾਮਲੇ ਬਾਰੇ, ਅਤੇ ਸਭ ਤੋਂ ਪਹਿਲਾਂ ਉਸ ਬੱਚੇ ਨਾਲ ਗੱਲਬਾਤ ਕਰਾਂਗੇ ਜਿਸ 'ਤੇ ਜਿਹੜਾ ਕਿ ਤਸ਼ੱਦਦ ਕੀਤਾ ਜਾਂਦਾ ਸੀ। ਹਾਂਜੀ ਬੇਟਾ, ਕੀ ਨਾਮ ਤੇਰਾ? ਸੂਰਜਦੀਪ ਸਿੰਘ। ਸੂਰਜਦੀਪ ਸਿੰਘ ਜੀ, ਮੈਨੂੰ ਦੱਸੋ ਵੀ ਜਿਹੜਾ ਨਿਹੰਗ ਸਿੰਘ ਵੱਲੋਂ ਤੁਹਾਨੂੰ ਮਾਰਿਆ ਕੁੱਟਿਆ ਜਾਂਦਾ ਸੀ, ਕਿੰਨੇ ਸਮੇਂ ਤੋਂ ਕੁੱਟਿਆ ਜਾ ਰਿਹਾ ਸੀ ਅਤੇ ਤੁਹਾਡੇ ਕੀ ਲੱਗਦੇ ਸੀ? ਉਹ ਕੁੱਖ ਨਹੀਂ ਲੱਗਦੇ, ਉਹ ਘਰੋਂ ਚੱਕ ਕੇ ਲੈ ਆਉਂਦੇ ਸੀ, ਘਰੋਂ ਚੁੱਕ ਕੇ ਲੈ ਆਉਂਦੇ ਸੀ। ਹਾਂਜੀ, ਅਤੇ ਮੈਨੂੰ ਦੱਸੋ ਵੀ ਕਿੰਨੇ ਸਮੇਂ ਤੋਂ ਤੁਸੀਂ ਉਹਨਾਂ ਕੋਲ ਸੀ ਇਹਨਾਂ ਦੇ? ਉਹ ਛੋਟਾ ਜਿਹਾ ਹੁੰਦਾ ਸੀ ਤੇ ਗੋਹਾ ਛਟਾਉਂਦਾ ਸੀ ਮਾਰਦਾ ਸੀ ਤੇ ਘੋੜਿਆਂ ਨੂੰ ਪਾਣੀ ਪਾਇਆ ਉਹਨੇ ਪੱਠੇ ਪਾਉਣੇ ਆ ਫਿਰ ਲਿੱਦ ਲੁੱਦ ਸੁੱਟਣੀ ਆ ਹਾਂਜੀ ਫਿਰ ਮਾਰਦਾ ਜੋ। ਅਤੇ ਮੈਨੂੰ ਦੱਸੋ ਵੀ ਤੁਹਾਡੇ ਪਰਿਵਾਰ ਦੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਤੁਹਾਡੇ ਪਰਿਵਾਰ ਵਿੱਚ ਕੌਣ ਕੌਣ ਆ, ਕਿੰਨੇ ਮੈਂਬਰ ਨੇ, ਤੁਹਾਡੇ ਮਾਤਾ ਪਿਤਾ ਕੀ ਕੰਮ ਕਰਦੇ ਨੇ? ਮੇਰੇ ਡੈਡੀ ਦਾ ਹੈਂਡੀਕੈਪ ਆ, ਚੂਲਾ ਟੁੱਟਾ ਅਤੇ ਬਾਂਹ 'ਤੇ ਵੱਢੀ ਆ ਅਤੇ ਮੰਮੀ ਮੰਗਣ ਜਾਂਦੀ ਆ ਅਤੇ ਮੇਰੀ ਭੈਣ ਵਿਆਹ ਹੋਇਆ ਉਹਦਾ ਅਤੇ ਛੋਟਾ ਭਰਾ ਇੱਕ
ਤੇ ਮੈਨੂੰ ਦੱਸੋ ਵੀ ਤੁਸੀਂ ਕਦੀ ਵਿਰੋਧ ਨਹੀਂ ਕੀਤਾ ਜਦੋਂ ਤੁਹਾਨੂੰ ਇਹ ਮਾਰਦਾ ਕੁੱਟਦਾ ਸੀ ਨਿਹੰਗ ਸਿੰਘ, ਤੁਸੀਂ ਇਹਦਾ ਵਿਰੋਧ ਨਹੀਂ ਕੀਤਾ ਵੀ ਮੈਨੂੰ ਕਿਉਂ ਮਾਰਦੇ ਕੁੱਟਦੇ ਜਾਂ ਮੈਨੂੰ ਆਪਣੇ ਮੇਰੇ ਮਾਂ ਬਾਪ ਕੋਲ ਛੱਡ ਕੇ ਉਹ ਜਾ ਕੇ? ਮੈਂ ਕਹਿੰਦਾ ਸੀ ਮੇਰੇ ਡੈਡੀ ਆਉਂਦੇ ਸੀ ਲੈਣ ਅਤੇ ਪੁਲਿਸ ਵਾਲਿਆਂ ਨੂੰ ਜਾਂਦੇ, ਪੁਲਿਸ ਵਾਲੇ ਕੋਈ ਗੱਲ ਨਹੀਂ ਮੰਨਦੇ ਸੀ। ਅਤੇ ਮੈਨੂੰ ਦੱਸੋ ਵੀ ਕਿੰਨਾ ਲੰਬਾ ਸਮਾਂ ਹੋ ਗਿਆ ਤੁਹਾਨੂੰ ਇਸ ਤਰ੍ਹਾਂ ਮਾਰਦੇ ਕੁੱਟਦਿਆਂ ਨੂੰ, ਅਤੇ ਤੁਹਾਨੂੰ ਕਦੀ ਕੋਈ ਸਕੂਲ ਭੇਜਣ ਬਾਰੇ ਜਾਂ ਕਦੀ ਪੜ੍ਹਾਈ ਲਿਖਾਉਣ ਬਾਰੇ ਤੁਹਾਨੂੰ ਕਦੀ ਨਹੀਂ ਭੇਜਿਆ ਇਹਨਾਂ ਨੇ? ਭੇਜਦੇ ਸੀ, ਘੱਟ ਵੱਧ ਹੀ ਭੇਜਦੇ ਆ, 11 ਗੋਇਆ ਗੋਸ਼ਟ ਆਉਂਦੇ ਮਾਰਦੇ ਵਰਦਾ ਮਾਰਦੇ ਜ਼ਿਆਦਾ ਸੀ। ਹਾਂਜੀ, ਕਿੱਥੇ ਕਿੱਥੇ ਮਾਰਿਆ ਸੀ ਤੁਹਾਨੂੰ ਅਤੇ ਕਿ ਮਾਰਦੇ ਕਰਨਾ ਸੀ? ਅਸੀਂ ਦੇਖਿਆ ਤੁਹਾਡੇ ਪਿੰਡੇ 'ਤੇ ਲਾਸ਼ਾਂ ਪਈਆਂ ਹੋਈਆਂ, ਕਰਨਾ ਮਾਰਦੇ ਸੀ ਇਹ? ਕੜੇ ਮਾਰਦੇ, ਸੋਟਾਂ ਮਾਰਦੇ ਅਤੇ ਮੁੱਕੀਆਂ ਮਾਰਦੇ। ਅਤੇ ਮੈਨੂੰ ਦੱਸੋ ਵੀ ਤੁਹਾਨੂੰ ਕੀ ਬਣਾਉਣਾ ਕੀ ਚਾਹੁੰਦੇ ਸੀ, ਤੁਹਾਨੂੰ ਲਿਆਉਣ ਦਾ ਕਾਰਨ ਕੀ ਸੀ? ਆਪਣੇ ਤੁਸੀਂ ਮਾਤਾ ਪਿਤਾ ਤੋਂ ਆਏ ਹੋ, ਤੁਹਾਨੂੰ ਲਿਆਉਣ ਦਾ ਕਾਰਨ ਕੀ ਸੀ, ਕੀ ਬਣਾਉਣਾ ਚਾਹੁੰਦੇ ਸਾਨੂੰ? ਲੇਦਲੂ ਸਟਾਉਣੀ ਹੁੰਦੀ ਉਹਨਾਂ ਨੇ, ਲੇਦਲੂ ਸਟਾਉਣੀ ਤਾਂ ਮਾਰਦੇ ਆ ਬਸ, ਤਾਂ ਪਾਣੀ ਪੂਣੀ ਪਿਆਉਣਾ ਹੁੰਦਾ ਗਾਈਆਂ ਨੂੰ। ਹਾਂਜੀ, ਅਤੇ ਮੈਨੂੰ ਦੱਸੋ ਵੀ ਤੁਹਾਨੂੰ ਰੋਟੀ ਪਾਣੀ ਦਿੰਦੇ ਸੀ, ਕੱਪੜਾ ਲੀੜਾ ਦਿੰਦੇ ਸੀ ਪਾਉਣ ਵਾਸਤੇ ਜਾਂ ਕਿਸ ਤਰ੍ਹਾਂ? ਸਾਡੇ ਹਾਲਾਤ ਕੀ ਸੀ? ਠੰਡ ਦੇ ਵਿੱਚ ਕੋਟੀ ਨਹੀਂ ਦਿੰਦੇ, ਰੋਟੀ ਦਿੰਦੇ ਸੀ, ਰੋਟੀ ਦਿੰਦੇ, ਗਾਲਾਂ ਕੱਢਦੇ ਸੀ ਨਾਲ। ਅਤੇ ਮੈਨੂੰ ਦੱਸੋ ਵੀ ਕਿੰਨੇ ਨਿਹੰਗ ਸਿੰਘ ਸੀ ਅਤੇ ਕੀ ਨਾਂ ਕੀ ਸੀ ਉਹਨਾਂ ਨਿਹੰਗ ਸਿੰਘਾਂ ਦਾ? ਨਿਹੰਗ ਸਿੰਘ ਦਾ ਸੁਰਜਨ ਸਿੰਘ, ਬਾਬਾ ਸੁਰਜਨ ਸਿੰਘ। ਅਤੇ ਕਿੱਥੇ ਰਹਿੰਦੇ ਸੀ? ਵੇਖ ਕੇ ਫਾਟਕ ਲੱਗੇ। ਬਿਲਕੁਲ, ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਵੀ ਇਹ ਜਿਹੜਾ ਬੱਚਾ ਛੋਟਾ ਜਿਹਾ ਜਿਹੜਾ ਕਿ ਬੱਚਾ ਵਾ ਆਪਣੇ ਉੱਤੇ ਹੋਇਆ ਜਿਹੜਾ ਤਸ਼ੱਦਤ ਆ ਉਸ 'ਤੇ ਜਿਹੜਾ ਕਹਿਰ ਹੋਇਆ ਵਾ ਨਿਹੰਗ ਸਿੰਘ ਵੱਲੋਂ ਜਿਹੜਾ ਕਿ ਇਹ ਦੱਸ ਰਿਹਾ ਵਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ, ਅਤੇ ਉਸਨੇ ਸਾਰਾ ਦੱਸਿਆ ਵੀ ਉਸਨੂੰ ਜਿਹੜਾ ਕਿ ਮਾਰਿਆ ਕੁੱਟਿਆ ਜਾਂਦਾ ਸੀ ਅਤੇ ਉਸ ਤੋਂ ਘੋੜਿਆਂ ਦੀ ਲਿੱਦਾਂ ਜਾਂ ਉਸ ਤੋਂ ਜਿਹੜਾ ਕਿ ਗੋਹਾ ਵਗੈਰਾ ਚੁਕਾਇਆ ਜਾਂਦਾ ਸੀ, ਅਤੇ ਇਸਦਾ ਕਹਿਣਾ ਵੀ ਸਿਆਲ ਵਿੱਚ ਵੀ ਜਿਹੜਾ ਉਸਨੂੰ ਕੋਈ ਕੱਪੜਾ ਲੀੜਾ ਪਾਉਣ ਵਾਸਤੇ ਨਹੀਂ ਸੀ ਦਿੱਤਾ ਜਾਂਦਾ। ਇਹ ਤੁਸੀਂ ਛੋਟੇ ਜਿਹੇ ਬੱਚੇ ਦੇ ਤੁਸੀਂ ਮੂੰਹੋਂ ਸੁਣਦੇ ਹੋ ਇਸ ਦੀ ਜਿਹੜੀ ਦਾਸਤਾਂ, ਪਿਛਲੇ 8 ਸਾਲ ਤੋਂ ਜਿਹੜਾ ਕਿ ਉਸ 'ਤੇ ਜਿਹੜਾ ਕਿ ਤਸ਼ੱਦਤ ਹੋ ਰਿਹਾ ਸੀ ਅਤੇ 8 ਸਾਲ ਤੋਂ ਜਿਹੜਾ ਉਸ ਨਿਹੰਗ ਸਿੰਘ ਕੋਲ ਜਿਹੜਾ ਰਹਿ ਰਿਹਾ ਸੀ, ਅਤੇ ਹੁਣ ਫਿਰ ਕਿਸ ਤਰ੍ਹਾਂ ਤੁਹਾਡਾ ਬਚਾਅ ਹੋਇਆ? ਫਿਰ ਤੁਹਾਨੂੰ ਕੌਣ ਲੈ ਕੇ ਆਇਆ? ਹੈਲੀ ਭਾਅ ਜੀ ਲੈ ਕੇ ਆਇਆ ਸੀ, ਇਹਨਾਂ ਨੇ ਨੰਗ ਲਈ ਅਤੇ ਇਹਨਾਂ ਨੇ ਦੇਖਿਆ ਸੀ, ਇਹਨਾਂ ਨੇ ਡੱਕਿਆ ਅਤੇ ਇਹਨਾਂ ਨੂੰ ਵੀ ਔਖਾ ਬੋਲਣ ਪੈ ਗਏ। ਅਤੇ ਮੈਨੂੰ ਦੱਸੋ ਵੀ ਇੰਨਾ ਚਿਰ ਹੋ ਗਿਆ ਤੁਹਾਨੂੰ ਉੱਥੇ ਮਾਰਦੇ ਕੁੱਟਦਿਆਂ ਨੂੰ, ਤੁਹਾਨੂੰ ਕਦੀ ਕਿਸੇ ਨੇ ਛੁਡਾਇਆ ਨਹੀਂ ਜਾਂ ਕਦੀ ਕਿਸੇ ਨੇ ਤੁਹਾਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਆ ਕੇ? ਉਹ ਸਾਰੇ ਲੋਕ ਉਹਦੇ ਕੋਲ ਡਰਦੇ ਆ, ਉਹ ਕੋਈ ਨਹੀਂ ਰਹਿੰਦਾ ਲਾਗੇ, ਪੁਲਿਸ ਵਾਲੇ ਵੀ ਉਹਦੇ ਨਾਲ ਦੇ ਆ। ਤੁਸੀਂ ਕਦੀ ਵਿਰੋਧ ਨਹੀਂ ਕੀਤਾ ਇਸ ਚੀਜ਼ ਦਾ ਵੀ ਮੈਨੂੰ ਮੇਰੇ ਮਾਂ ਬਾਪ ਕੋਲ ਛੱਡ ਕੇ ਆਓ, ਮੇਰੇ ਮਾਤਾ ਪਿਤਾ ਕੋਲ ਛੱਡ ਆਓ, ਮੈਨੂੰ ਇੱਥੋਂ ਲੈ ਜਾਓ ਜਾਂ ਕੋਈ ਮੈਨੂੰ ਬਚਾਉਣ ਦੀ ਕੋਸ਼ਿਸ਼ ਕਰੇ? ਕਦੀ ਕੋਈ ਗਾੜੀ ਨਹੀਂ ਆਇਆ? ਕਹਿੰਦਾ ਕੋਈ ਗਾੜੀ ਨਹੀਂ ਲਾਉਂਦਾ, ਮੇਰੇ ਕਦੀ ਮੰਮੀ ਆਈ, ਮੰਮੀ ਨੂੰ ਧੱਕਾ ਮਾਰ ਕੇ ਸੁੱਟਤਾ ਇਹਨਾਂ ਨੇ, ਅਤੇ ਲਿਆ ਕੇ ਭੇਜ ਦਿੰਦਾ ਘਰ, ਡਰਾਉਂਦਾ ਧਮਕਾਉਂਦਾ ਆ। ਅਤੇ ਮੈਨੂੰ ਦੱਸੋ ਵੀ ਹੁਣ ਜਿਹੜੇ ਸਰਬਜੀਤ ਸਿੰਘ ਹੈਰੀ ਆਏ ਨੇ, ਇਹ ਕਿਸ ਤਰ੍ਹਾਂ ਉੱਥੇ ਆਏ ਨੇ, ਤੁਹਾਡਾ ਕਿਸ ਤਰ੍ਹਾਂ ਜਿਹੜਾ ਕਿ ਮੇਲ ਹੋਇਆ? ਇਹ ਕੋਈ ਕੰਮ ਲਈ ਆਏ ਸੀ ਅਤੇ ਇਹਨਾਂ ਨੇ ਦੇਖ ਲਿਆ ਮੈਨੂੰ ਮਾਰਦੇ, ਅਤੇ ਮੈਨੂੰ ਇਹਨਾਂ ਨੇ ਪੁੱਛਿਆ ਅਤੇ ਕਿਸੇ ਨੇ ਦੱਸਤਾ ਇਹਨਾਂ ਦਾ ਬੱਚਾ ਨਹੀਂ ਆ। ਅਤੇ ਹੁਣ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ, ਕੀ ਕਾਰਵਾਈ ਚਾਹੁੰਦੇ ਹੋ ਜਾਂ ਕਿਸ ਤਰ੍ਹਾਂ ਤੁਸੀਂ ਆਪਣੇ ਮਾਤਾ ਪਿਤਾ ਕੋਲ ਜਾਣਾ ਚਾਹੁੰਦੇ ਹੋ ਜਾਂ ਇਹਦੇ ਖਿਲਾਫ ਨਿਹੰਗ ਦੇ ਕੋਈ ਕਾਰਵਾਈ ਚਾਹੁੰਦੇ ਹੋ? ਮੈਂ ਆਪਣੇ ਮਾਤਾ ਪਿਤਾ ਕੋਲ ਜਾਣਾ ਕਹਿੰਦਾ। ਅਤੇ ਬੰਨਾ ਕੀ ਵੱਡੇ ਹੋ ਗਏ, ਸਕੂਲ ਜਾਂਦੇ ਹੋ, ਕਿਹੜੀ ਕਲਾਸ 'ਚ ਜਾਂਦੇ ਤੁਸੀਂ? ਅੱਠਵੀਂ 'ਚ। ਅੱਠਵੀਂ ਕਲਾਸ ਜਾਂਦੇ ਹੋ, ਕਿਹੜੇ ਸਕੂਲ? ਹਾਈ ਸਕੂਲ। ਕਿੱਥੇ? ਹਾਈ ਸਕੂਲ ਇੱਧਰ। ਹਾਂਜੀ। ਅਤੇ ਬੰਨਾ ਕੀ ਵੱਡੇ ਹੋ ਗਏ? ਵੱਡੇ ਹੋ ਕੇ ਦੇਖੋ। ਬਿਲਕੁਲ, ਤੁਸੀਂ ਦੇਖ ਸਕਦੇ ਹੋ ਵੀ ਬੱਚੇ ਨੂੰ ਹਜੇ ਕੋਈ ਨਿਸ਼ਾਨੇ ਨਹੀਂ ਪਤਾ ਜ਼ਿੰਦਗੀ ਦੇ ਬਾਰੇ ਵੀ ਕੀ ਬਣਨਾ ਕੀ ਨਹੀਂ ਬਣਨਾ, ਕਿਉਂਕਿ ਇਸ 'ਤੇ ਜਿਹੜਾ ਕਿ ਕਾਫੀ ਤਸ਼ੱਦਦ ਕੀਤਾ ਜਾ ਰਿਹਾ ਸੀ। ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਕਿ ਸਰਬਜੀਤ ਸਿੰਘ ਹੈਰੀ ਜਿਹੜੇ ਕਿ ਸਮਾਜ ਸੇਵਕ ਨੇ, ਹਮੇਸ਼ਾ ਲੋਕਾਂ ਨਾਲ ਖੜ੍ਹਦੇ ਨੇ, ਲੋਕਾਂ ਦੀ ਆਵਾਜ਼ ਬਣਦੇ ਨੇ, ਅਤੇ ਅੱਜ ਇਸ ਬੱਚੇ ਦੇ ਨਾਲ ਵੀ ਖੜ੍ਹੇ ਨੇ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਇਸ ਬੱਚੇ ਦੇ ਨਾਲ ਖੜ੍ਹ ਕੇ ਅੱਜ ਇਸ ਬੱਚੇ ਦੀ ਜਿਹੜੀ ਕਿ ਇੱਕ ਜਾਨ ਬਚਾਈ ਗਈ, ਇਸ ਨੂੰ ਬੰਧੂਆ ਬਣਾ ਕੇ ਜਿਹੜਾ ਇਸ ਤੋਂ ਕੰਮ ਕਰਾਇਆ ਜਾਂਦਾ ਸੀ, ਮਾਰਿਆ ਕੁੱਟਾਇਆ ਕੁੱਟਿਆ ਜਾਂਦਾ ਸੀ, ਪਰ ਉਸ 'ਤੇ ਜਿਹੜਾ ਤਸ਼ੱਦਦ ਜਿਹੜਾ ਵੱਡਾ ਜਿਹੜਾ ਕਹਿਰ ਜਿਹੜਾ ਟਾਇਆ ਜਾਂਦਾ ਸੀ। ਪਰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ
ਸਰਬਜੀਤ ਸਿੰਘ ਹੈਰੀ ਇਸ ਨੂੰ ਜਿਹੜਾ ਕਿ ਇਸ ਚੁੰਗੋ ਉਸ ਨਿਹੰਗ ਸਿੰਘ ਦੇ ਜਿਹੜੇ ਚੁੰਗੋ ਤੋਂ ਆਜ਼ਾਦ ਕਰਾਉਂਦੇ ਨੇ। ਗੱਲਬਾਤ ਕਰਾਂਗੇ ਵੀਰ ਦੇ ਨਾਲ ਵੀ। ਹਾਂਜੀ ਵੀਰ ਜੀ, ਬਹੁਤ ਬਹੁਤ ਸਵਾਗਤ ਹੈ ਪੰਜਾਬੀ ਲੋਕ ਚੈਨਲ। ਪੰਜਾਬੀ ਲੋਕ ਚੈਨਲ ਦੇ ਸਾਰੇ ਸਰੋਤਿਆਂ ਦਾ ਧੰਨਵਾਦ। ਕਿਸ ਤਰ੍ਹਾਂ ਦੇਖਦੇ ਹੋ ਅੱਜ ਬੱਚੇ ਨੂੰ ਆਜ਼ਾਦ ਕਰਾਇਆ ਸੀ, ਮਾਮਲਾ ਕੀ ਸੀ ਸਰ? ਸ਼ਡਿਊਲ ਸਾਂਝਾ ਕਰਦੇ ਹੋ ਨਿਹੰਗ ਸਿੰਘ ਜਿਹੜੀਆਂ ਗੁਰੂ ਕੀ ਲਾਡਲੀਆਂ ਫੌਜਾਂ ਨੇ, ਲੋਕ ਤਾਂ ਬਹੁਤ ਪਿਆਰ ਕਰਦੇ ਨੇ, ਬੜਾ ਮਾਣ ਸਤਿਕਾਰ ਕਰਦੇ ਨੇ, ਲੋਕ ਇਹਨਾਂ ਨੂੰ ਪੂਜਦੇ ਵੀ ਨੇ, ਲੋਕ ਇਹਨਾਂ ਮਾਣ ਸਤਿਕਾਰ ਕਰਦੇ ਨੇ, ਫਿਰ ਇਹ ਨਿਹੰਗ ਸਿੰਘ ਜਿਹੜਾ ਸੀ ਇਹ ਕਿੱਥੋਂ ਆਇਆ, ਇਸ ਤਰ੍ਹਾਂ ਦਾ ਕਹਿਰ ਕਿਉਂ ਉਸ ਬੱਚੇ ਦੇ ਟਾਇਆ ਇਹਨਾਂ ਨੇ? ਦੇਖੋ ਜੀ, ਇਹ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਕੁਛ ਲੋਕ ਬਾਣੀ ਤੋਂ ਟੁੱਟੇ ਹੁੰਦੇ ਅਤੇ ਕੁਛ ਲੋਕ ਬਾਣੀ ਤੋਂ ਟੁੱਟੇ ਹੁੰਦੇ ਆ। ਉਹ ਨਿਹੰਗ ਸਿੰਘ ਨਾ ਤਾਂ ਨਿਹੰਗ ਸਿੰਘ ਸੀ ਅਤੇ ਨਾ ਉਹ ਬਾਣੀ ਦਾ ਹੀ ਪੱਕਾ ਸੀਗਾ। ਅਸੀਂ ਤਾਂ ਗੁਰੂ ਗੋਬਿੰਦ ਸਿੰਘ ਦੇ ਵਾਰਸ ਹਾਂ, ਉਹ ਗੁਰੂ ਗੋਬਿੰਦ ਸਿੰਘ ਦੇ ਜਿਨ੍ਹਾਂ ਨੇ ਆਪਣੇ ਬੱਚੇ ਇਸ ਕੌਮ ਲਈ ਸ਼ਹਾਦਤਾਂ ਦੇ ਰਾਹ ਪਾ ਦਿੱਤੇ, ਸ਼ਹਾਦਤਾਂ ਆਈਆਂ ਵੱਡੇ ਸਾਹਿਬਜ਼ਾਦਿਆਂ ਦੀਆਂ ਵੀ, ਛੋਟੇ ਸਾਹਿਬਜ਼ਾਦਿਆਂ ਨੇ ਹੱਸ ਕੇ ਜਿਹੜਾ ਵਾ ਉਹ ਸ਼ਹਾਦਤ ਪ੍ਰਾਪਤ ਕੀਤੀ। ਅਤੇ ਕਿਸ ਕੌਮ ਲਈ? ਇਸ ਸਿੱਖ ਕੌਮ ਲਈ। ਅਸੀਂ ਉਸ ਕੌਮ 'ਚ ਆਉਂਦੇ ਹਾਂ, ਅਸੀਂ ਗੁਰੂ ਗੋਬਿੰਦ ਸਿੰਘ ਨੂੰ ਪੜ੍ਹਦੇ ਹਾਂ, ਅਸੀਂ ਉਹਨਾਂ ਦੀਆਂ ਜਿਹੜੀਆਂ ਕੁਰਬਾਨੀਆਂ ਉਹਨਾਂ 'ਤੇ ਜਿਹੜਾ ਵਾ ਉਹਨਾਂ ਦੀਆਂ ਕੁਰਬਾਨੀਆਂ ਦੇਖ ਕੇ ਉੱਥੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਉੱਥੇ ਤੱਕ ਨਹੀਂ ਪਹੁੰਚ ਸਕਦੇ, ਉਹਨਾਂ ਦੇ ਪੈਰ ਦੀ ਧੂੜ ਬਰਾਬਰ ਵੀ ਨਹੀਂ। ਪਰ ਕਹਿੰਦੇ ਵੀ ਜੁਰਮ ਕਰਨਾ ਵੀ ਪਾਪ ਆ ਅਤੇ ਜੁਰਮ ਸਹਿਣਾ ਵੀ ਪਾਪ ਆ, ਅਤੇ ਜੁਰਮ ਹੁੰਦੇ ਹੋਏ ਵੇਖ ਕੇ ਡੱਕਣਾ ਵੀ ਜਿਹੜਾ ਵਾ ਨਾ ਜਿਹੜਾ ਡੱਕੇ ਜੁਰਮ ਹੁੰਦੇ ਨੂੰ ਉਹ ਵੀ ਪਾਪ ਆ, ਉਹ ਮਹਾਂ ਪਾਪ ਆ। ਕੁਦਰਤੀ ਮੈਂ ਵੇਰਕੇ ਗਿਆ ਸੀਗਾ, ਥਾਣੇ ਵਿੱਚ ਕੰਮ ਸੀਗਾ ਅਤੇ ਥਾਣੇ ਦੇ ਬਾਹਰ ਹੀ ਉਹਦਾ ਡੇਰਾ ਵਾ, ਅਤੇ ਕੁਦਰਤੀ ਅਸੀਂ ਲੇਟ ਹੋ ਗਏ ਉੱਥੇ ਮਸਲੇ 'ਚ, ਮੈਂ ਥਾਣੇ ਦੇ ਬਾਹਰ ਆਣ ਕੇ ਖਲੋ ਗਿਆ ਅਤੇ ਇਹ ਬੱਚੇ ਨੂੰ ਬੜੀ ਬੁਰੀ ਤਰ੍ਹਾਂ, ਇਸ ਤਰ੍ਹਾਂ ਮੈਂ ਸ਼ਾਇਦ ਜਾਨਵਰ ਨਹੀਂ ਵੇਖਿਆ ਹੋਣਾ ਜਿਹੜਾ ਜਾਨਵਰ ਨੂੰ ਵੀ ਕੋਈ ਇਨਸਾਨ ਘੁੱਟਦਾ ਹੋਵੇ, ਬੜੀ ਬੁਰੀ ਤਰ੍ਹਾਂ ਇਹਨੂੰ ਮਾਰ ਰਿਹਾ ਸੀਗਾ, ਬਹੁਤ ਜ਼ਿਆਦਾ ਤਸ਼ੱਦਦ ਦੇ ਉੱਤੇ ਕਰ ਰਿਹਾ ਸੀਗਾ। ਮੈਂ ਉਹਨੂੰ ਜਾ ਕੇ ਡੱਕਿਆ ਵੀ ਭਾਈ ਬਾਬਿਆ ਬਾਬਾ ਜੀ ਇਹ ਕੀ ਕਰ ਰਹੇ ਹੋ ਤੁਸੀਂ, ਬੱਚੇ ਨੂੰ ਕਿਉਂ ਮਾਰ ਰਹੇ ਜੇ? ਮਸਲਾ ਇਹ ਸੀ ਵੀ ਇੱਕ ਰੇਹੜੀ ਤੋਂ ਉਹਦਾ ਸਾਰੀ ਦਿਹਾੜੀ ਉਹਦੇ ਕੋਲ ਗੋਹਾ ਕੂੜਾ ਕਰਾਉਣਾ, ਲਿੱਦ ਚੁਕਾਉਣੀ, ਡੰਗਰਾਂ ਨੂੰ ਪਾਣੀ ਪਾਉਣਾ, ਗਜ਼ਾ ਕਰਾਉਣੀ, ਗਰਾਈ ਲਈ ਭੇਜਣਾ, ਇਹਦੇ ਹੱਥ ਲਿਫਾਫਾ ਵੀ ਤੋਰਨਾ, ਉਹਨੇ ਪ੍ਰਸ਼ਾਦ ਦਾ ਲਿਫਾਫਾ ਤੋਰ ਕੇ ਅਤੇ ਫਿਰ ਇਹਦੇ ਕੋਲ ਗਰਾਈ ਵੀ ਕਰਾਉਣੀ, ਅਤੇ ਸ਼ਾਮ ਨੂੰ ਉਹਨੇ ਦੋ ਰੇਹੜੀਆਂ ਉੱਥੇ ਲਾਉਣੀਆਂ ਫਰੂਟ ਦੀਆਂ ਅਤੇ ਇੱਕ ਸਬਜ਼ੀ ਦੀ, ਇਹਨਾਂ ਕੋਲ ਧੱਕੇ ਨਾਲ ਉਹ ਵੀ ਕੰਮ ਕਰਾਉਣਾ। ਜਦੋਂ ਉਹਨੂੰ ਮੈਂ ਪੁੱਛਿਆ ਵੀ ਕੀ ਗੱਲ ਆ, ਉਹ ਕਹਿੰਦਾ ਮੇਰਾ ਬੇਟਾ ਤੂੰ ਕੌਣ ਹੁੰਦਾ? ਮੈਂ ਕਿਹਾ ਵੀ ਬਿਲਕੁਲ ਮੰਨ ਲੈਂਦੇ ਤੇਰਾ ਬੇਟਾ, ਅਤੇ ਪਰ ਤੂੰ ਸੜਕ 'ਤੇ ਨਹੀਂ ਕੁੱਟ ਸਕਦਾ, ਅਤੇ ਜਿਸ ਤਰ੍ਹਾਂ ਤੂੰ ਕੁੱਟ ਰਿਹਾ, ਇਸ ਤਰ੍ਹਾਂ ਦਾ ਕੋਈ ਬਾਪ ਜਿਹੜਾ ਵਾ ਉਹ ਆਪਣੇ ਬੱਚੇ ਨੂੰ ਨਹੀਂ ਕੁੱਟਦਾ, ਤਾਂ ਮੈਨੂੰ ਲੱਗਦਾ ਤੇਰਾ ਬੱਚਾ ਨਹੀਂ ਹੈ। ਮੈਨੂੰ ਸ਼ੱਕ ਉਦੋਂ ਹੀ ਹੋ ਗਿਆ, ਪਰ ਮਜਬੂਰੀ ਸੀ, ਮੈਂ ਉਹਨੂੰ ਹਟਾ ਦਿੱਤਾ। ਉੱਥੋਂ ਪੁਲਿਸ ਵਾਲੇ ਵੀ ਆ ਗਏ, ਅਸਲ 'ਚ ਪੁਲਿਸ ਵਾਲਿਆਂ ਦਾ ਵੀ ਰਲੇਵਾਂ। ਸਭ ਤੋਂ ਪਹਿਲਾਂ ਮੈਂ ਧੰਨਵਾਦੀ ਹਾਂ ਇਸੇ ਪ੍ਰਸ਼ਾਸਨ ਦੇ ਆਲਾ ਅਫਸਰ DCP ਆਲਮ ਵਿਜੇ ਜੀ, ਜਿਨ੍ਹਾਂ ਨੂੰ ਮੈਂ ਇੱਕ ਫੋਨ ਕੀਤਾ, ਉਹਨਾਂ ਨੇ ਮੈਂ ਸਵੇਰੇ ਉਹਨਾਂ ਨੂੰ ਤਕਰੀਬਨ 9 ਵਜੇ ਸਾਰੀ ਦਾਸਤਾਨ ਦੱਸੀ, ਉਹਨਾਂ ਨੇ ਸ਼ਾਮ ਤੱਕ ਮੈਨੂੰ ਤਕਰੀਬਨ 4 ਫੋਨ ਕਰਤੇ ਵੀ, ਹੈਰੀ ਜੀ ਤੁਹਾਡੇ ਮਸਲੇ ਦਾ ਕੀ ਬਣਿਆ, ਮੇਰੀ ਜ਼ਰੂਰਤ ਆ, ਮੈਂ ਫੋਨ ਕਰਾਂ। ਉਹਨਾਂ ਨੇ ਫੋਨ ਵੀ ਕੀਤਾ ਥਾਣੇ, ਮੈਂ ਉਹਨਾਂ ਦਾ ਧੰਨਵਾਦੀ ਹਾਂ, ਕਿਉਂਕਿ ਇੱਕ ਬੱਚੇ ਦਾ ਸਵਾਲ ਸੀ। ਪਰ ਉੱਥੋਂ ਦੇ ਰਾਹਗੀਰਾਂ ਨੇ ਦੱਸਿਆ ਵੀ ਬੱਚਾ ਉਹਦਾ ਨਹੀਂ ਆ, ਇਹ ਬੱਚਾ ਕਿਸੇ ਦਾ ਇਹਨੇ ਚੁੱਕ ਕੇ ਲਿਆਂਦਾ ਘਰੋਂ, ਅਤੇ ਉਹਨਾਂ ਨੂੰ ਇਹ ਬੱਚਾ ਵਾਪਸ ਨਹੀਂ ਮੋੜਦਾ। ਪਰ ਗੱਲ ਕਰੀਏ ਸਰਬਜੀਤ ਸਿੰਘ ਹੈਰੀ ਜੀ, ਅੱਜ ਦੇ ਜ਼ਮਾਨੇ 'ਚ ਕਿਸੇ ਦਾ ਬੱਚਾ ਚੁੱਕ ਲੈਣਾ, ਉਹ ਵੀ ਇਨਸਾਨ ਦਾ ਬੱਚਾ, ਅਸੀਂ ਦੇਖਿਆ ਕੋਈ ਜਾਨਵਰ ਦਾ ਬੱਚਾ ਚੁੱਕਦਾ ਵਾ ਅਤੇ ਉਸ 'ਤੇ ਵੀ ਜਿਹੜੀ ਕਾਰਵਾਈ ਹੁੰਦੀ ਆ, ਇਹ ਤਾਂ ਫਿਰ ਜਿੰਦਾ ਜਾਗਦਾ ਇਨਸਾਨਾਂ ਦਾ ਬੱਚਾ ਕਿਸ ਤਰ੍ਹਾਂ ਚੱਕ ਲਿਆ ਆ? ਉਹਦੇ ਮਾਂ ਬਾਪ ਨੇ ਉਹਦੇ ਖਿਲਾਫ਼ ਕੋਈ ਕੰਪਲੇਂਟ ਨਹੀਂ ਕੀਤੀ, ਉਹਦੇ ਖਿਲਾਫ਼ ਕੋਈ ਬਣਦੀ ਦਰਖਾਸਤ ਨਹੀਂ ਦਿੱਤੀ, ਕੋਈ ਵਿਰੋਧ ਕਿਉਂ ਨਹੀਂ ਕੀਤਾ ਗਿਆ ਇਸ ਚੀਜ਼ ਦਾ? ਗਰੀਬੜੇ ਦਾ ਕੋਈ ਸਾਥ ਨਹੀਂ ਦਿੰਦਾ, ਬਾਪ ਬਾਂਹ ਤੋਂ ਬਜਰਤ ਸੀਗਾ ਅਤੇ ਚੂਲਾ ਵੀ ਟੁੱਟ ਗਿਆ, ਜਦੋਂ ਉਹਦਾ ਚੂਲਾ ਟੁੱਟਾ ਬੱਚਾ ਉਦੋਂ ਉਹਦੇ ਘਰੋਂ ਚੁੱਕ ਕੇ ਲਿਆਂਦਾ, ਬੱਚੇ ਦੇ ਕਿਉਂਕਿ ਉਹ ਗਜ਼ਾ ਕਰਦਾ ਸੀ, ਬੱਚੇ 'ਤੇ ਉਹਦੀ ਨਿਗਾਹ ਸੀਗੀ, ਇਹਨੂੰ ਲਾਲਚ ਦਿੱਤਾ
10 20 ਰੁਪਏ ਖਰਚਣ ਨੂੰ ਦੇਣੇ ਤੇ ਫਿਰ ਆਪਣੇ ਡੇਰੇ ਤੇ ਲੈ ਗਿਆ। ਉੱਥੇ ਜਾ ਕੇ ਜੋ ਇਹ ਬੱਚੇ ਦਾ ਹਾਲ ਕੀਤਾ, ਤੁਸੀਂ ਬੱਚੇ ਦੇ ਮੂੰਹੋਂ ਸੁਣਿਆ ਵੀ ਸਾਡੀ ਪੁਲਿਸ ਵੀ ਗੱਲ ਨਹੀਂ ਸੁਣਦੀ ਸੀਗੀ। ਉਹਦਾ ਬਾਪ ਕਹਿੰਦਾ ਮੈਂ ਬੜੀ ਵਾਰੀ ਪੁਲਿਸ ਕੋ ਗਿਆ ਵੀ ਸਾਡੀ ਦਰਖਾਸਤ ਨੋਟ ਕੀਤੀ ਜਾਵੇ, ਕੋਈ ਅਨਪੜ੍ਹ ਸੀਗਾ, ਦਰਖਾਸਤ ਉਹਨੇ ਨੋਟ ਕੀਤੀ। ਇੱਕ ਵਾਰੀ ਬੱਚਾ ਦਿੱਤਾ ਵੀ ਹੈ ਪੁਲਿਸ ਨੇ, ਇਹਦੇ ਪਰਿਵਾਰ ਨੂੰ ਬੱਚਾ ਦਿੱਤਾ ਵੀ ਇਹ ਤੂੰ ਬੱਚਾ ਲੈ ਜਾ। ਕੋਈ ਇੰਸਪੈਕਟਰ ਉਦੋਂ ਚੰਗੇ ਆਏ ਸੀਗੇ ਉਸ ਥਾਣੇ ਵੇਰਕੇ 'ਚ, ਉਹਨਾਂ ਨੇ ਬੱਚਾ ਉਹਨਾਂ ਨੂੰ ਇਹਦੇ ਪਰਿਵਾਰ ਨੂੰ ਵਾਪਸ ਮੋੜਿਆ। ਪਰ ਅਗਲੇ ਦਿਨ ਬੱਚਾ ਫਿਰ ਉਹਨਾਂ ਦਾ ਘਰੋਂ ਚੁੱਕ ਕੇ ਲਿਆਂਦਾ ਅਤੇ ਨਾਲ ਨਿਹੰਗ ਘਰ ਭੇਜਤੇ ਵੀ ਜੇ ਤੂੰ ਬੱਚਾ ਮੰਗਣਾ ਆ ਤੇਰਾ ਟੋਟੇ ਕਰਾਂਗੇ ਵੱਢਾਂਗੇ, ਇਹੋ ਜਿਹੀਆਂ ਗੱਲਾਂ ਕਰਕੇ ਉਹ ਡਰੇ ਹੋਏ, ਸਹਿਮੇ ਹੋਏ ਪਰਿਵਾਰ, ਉਹ ਪਰਿਵਾਰ ਡਰਿਆ ਹੋਇਆ ਸੀ ਕਿ ਉਹ ਮਜ਼ਦੂਰ ਪਰਿਵਾਰ ਸੀਗਾ। ਪਰ ਗੱਲ ਕਰੀਏ ਸਰਬਜੀਤ ਸਿੰਘ ਹੈਰੀ ਜੀ, ਅਸੀਂ ਦੇਖਦੇ ਨਿਹੰਗ ਸਿੰਘ ਦੀਆਂ ਫੌਜਾਂ, ਮੈਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਵੀ ਗੁਰੂ ਕੀ ਲਾਡਲੀਆਂ ਫੌਜਾਂ ਨੇ ਹਮੇਸ਼ਾ ਚੜ੍ਹਤ ਕਰਦੀਆਂ ਨੇ ਜੇ ਅਤੇ ਮਾੜੇ ਬੰਦੇ ਕਦੀ ਧੱਕਾ ਨਹੀਂ ਕਰਦੀਆਂ। ਪਰ ਇਹ ਤੁਸੀਂ ਦੇਖ ਕਿਸ ਤਰ੍ਹਾਂ ਦਾ ਨਿਹੰਗ ਸਿੰਘ ਆ, ਜਿਹੜਾ ਜਾ ਕੇ ਨਿਹੰਗ ਭੇਜ ਦਿੰਦਾ, ਕਦੀ ਡਰਾਉਂਦਾ ਧਮਕਾਉਂਦਾ ਜਾ ਕੇ ਪਰਿਵਾਰ ਨੂੰ। ਕਿਹੜੇ ਬੰਦੇ ਨੇ ਜਿਹੜੇ ਸਾਥੀ ਜਿਹੜੇ ਨਾਲ ਜਾ ਕੇ ਗਰੀਬ ਬੰਦੇ ਨੂੰ ਧਮਕਾਉਂਦੇ ਨੇ ਜਾ ਕੇ? ਇੱਕ ਬੜਾ ਵੱਡਾ ਮਾਫੀਆ, ਉਹ ਹਰ ਜਗ੍ਹਾ 'ਤੇ ਵੀ ਹੋ ਸਕਦਾ, ਉਹ ਇਕੱਲਾ ਨਿਹੰਗਾਂ 'ਚ ਨਹੀਂ ਹੋ ਸਕਦਾ, ਉਹ ਇਕੱਲੇ ਸਮਾਜ ਸੇਵੀਆਂ 'ਚ ਨਹੀਂ ਹੋ ਸਕਦਾ, ਉਹ ਪੁਲਿਸ ਪ੍ਰਸ਼ਾਸਨ 'ਚ ਵੀ ਸਾਰਿਆਂ 'ਚ ਹੋ ਸਕਦਾ। ਉਸੇ ਤਰ੍ਹਾਂ ਦਾ ਇੱਕ ਮਾਫੀਆ ਨਿਹੰਗ ਸਿੰਘਾਂ 'ਚ ਵੀ ਆਇਆ। ਉਹਨਾਂ ਦੀ ਪਛਾਣ ਕਰਨੀ ਪਊਗੀ, ਇਹ ਜਥੇਦਾਰਾਂ ਨੂੰ, ਜਿਹੜੇ ਸੰਪਰਦਾ ਦੇ ਜਥੇਦਾਰ ਆ, ਉਹਨਾਂ ਨੂੰ ਪਛਾਣ ਕਰਨੀ ਪੈਣੀ ਆ ਵੀ ਸਾਡੇ ਨਾਂ ਦੇ ਉੱਤੇ ਲੋਕਾਂ ਦੇ ਥਾਵਾਂ ਦੇ ਉੱਤੇ ਕਬਜ਼ੇ ਕੌਣ ਕਰਾ ਰਿਹਾ, ਸਾਡੇ ਨਾਂ ਦੇ ਉੱਤੇ ਇਹੋ ਜਿਹੇ ਬੱਚਿਆਂ ਨੂੰ ਬੰਧੂਆ ਕੌਣ ਬਣਾ ਰਿਹਾ, ਸਾਡੇ ਨਾਂ ਦੇ ਉੱਤੇ ਜਿਹੜਾ ਵਾ ਸਮਾਜ 'ਚ ਗਲਤ ਫਹਿਮੀਆਂ ਕਿਹੜੇ ਅਨਸਰੇ ਜਿਹੜੇ ਨਿਹੰਗ ਆ ਫੈਲਾ ਰਿਹਾ। ਬੜਾ ਕੁਛ ਪਛਾਣ ਕਰਕੇ ਉਹਨਾਂ ਨੂੰ ਇਹਦੇ 'ਤੇ ਵਾਚਣਾ ਪੈਣਾ। ਜਥੇਦਾਰ ਮੇਜਰ ਸਿੰਘ ਹੁਣੀ, ਉਹਨਾਂ ਨੇ ਇੱਕ ਜੱਥਾ ਮੇਰੇ ਤੋਂ ਭੇਜਿਆ ਸੀਗਾ ਜਦੋਂ ਇਹ ਮਸਲਾ ਚੱਲਿਆ ਸੀ, ਅਤੇ ਉਹਨਾਂ ਨੇ ਜ਼ਿੰਮੇਵਾਰੀ ਲਈ ਆ। ਮੈਨੂੰ ਖੁਸ਼ੀ ਆ ਵੀ ਕੋਈ ਦਲ ਦਾ ਮੁਖੀ ਇਹ ਜ਼ਿੰਮੇਵਾਰੀ ਲਵੇ, ਲਿਖਤੀ ਰੂਪ 'ਚ ਜ਼ਿੰਮੇਵਾਰੀ ਲਈ ਆ। ਉਹਨਾਂ ਦੇ ਜਿਹੜੇ ਜਥੇਦਾਰ ਮੇਰੇ ਤੋਂ ਭੇਜੇ ਗਏ ਸੀ ਵੀ ਅੱਜ ਤੋਂ ਇਹ ਬੱਚਾ ਇਹ ਨਿਹੰਗੇ ਦੇ ਘਰ ਜਾ ਕੇ ਡਰਾਊ ਧਮਕਾਊਗਾ ਨਹੀਂ, ਇਹ ਜਾ ਕੇ ਇਹ ਬੱਚੇ ਨੂੰ ਚੁੱਕ ਕੇ ਨਹੀਂ ਲਊਗਾ, ਉਹਦਾ ਜਿਹੜਾ ਇਸ ਬੱਚੇ ਨਾਲ ਵਾਹ ਵਾਸਤਾ ਨਹੀਂ ਹੋਊਗਾ। ਪਰ ਗੱਲ ਕਰੀਏ ਬਾਬਾ ਮੇਜਰ ਤਾਂ ਹਮੇਸ਼ਾ ਲੋਕਾਂ ਦੇ ਹਮਦਰਦ ਬਣਦੇ ਨੇ, ਹਮੇਸ਼ਾ ਜਿੱਥੇ ਕਿਤੇ ਧੱਕਾ ਹੁੰਦਾ ਖਾਸ ਕਰਕੇ ਬਾਬਾ ਮੇਜਰ ਜੀ ਉੱਥੇ ਖੜ੍ਹਦੇ ਨੇ। ਅਸੀਂ ਦੇਖਿਆ ਲੋਕ ਬਹੁਤ ਪਿਆਰ ਕਰਦੇ ਨੇ ਬਾਬਾ ਮੇਜਰ ਜੀ ਨੂੰ, ਅਤੇ ਲੋਕਾਂ ਦੇ ਹਮਦਰਦ ਵੀ ਨੇ, ਲੋਕਾਂ ਦੇ ਚਹੇਤੇ ਵੀ ਨੇ, ਲੋਕ ਬਹੁਤ ਸਤਿਕਾਰ ਵੀ ਕਰਦੇ ਨੇ ਬਾਬਾ ਜੀ ਦਾ। ਇਹੀ ਕਾਰਨ ਆ ਵੀ ਬਾਬਾ ਮੇਜਰ ਸਿੰਘ ਉਹਨਾਂ ਦੇ ਮੂੰਹ ਨੂੰ, ਉਹਨਾਂ ਦੇ ਕਿਸੇ ਬਚਨਾਂ 'ਤੇ ਜੋ ਉਹਨਾਂ ਨੇ ਕਿਹਾ ਵੀ ਅਸੀਂ ਅੱਜ ਤੋਂ ਬਾਅਦ ਇਸ ਬੱਚੇ ਦੇ ਉੱਤੇ ਜਿਹੜੀ ਨਿਗਰਾਨੀ ਰੱਖਾਂਗੇ ਆਪ, ਕਿਉਂਕਿ ਉਹਨਾਂ ਦੀ ਛਵੀ ਇੱਕ ਅਲੱਗ ਬਣ ਚੁੱਕੀ ਆ। ਇਹ ਉਹਨਾਂ ਦੀ ਛਵੀ ਦਾ ਨਤੀਜਾ ਜਿਹੜਾ ਉਸ ਨਿਹੰਗ ਨੂੰ ਬਖਸ਼ਿਆ ਗਿਆ, ਜਿਹੜਾ ਉਹਨੇ ਮਾਫ਼ੀ ਮੰਗੀ ਆ, ਇਹ ਉਹਨਾਂ ਨੇ ਆਪਣੀ ਸੰਪਰਦਾ ਕੋ ਆਪਣੇ ਜਥੇਬੰਦੀ ਕੋ ਮਾਫ਼ੀ ਮੰਗੀ ਆ ਤਰਨਾ ਦਲ ਤੋਂ, ਕਿਉਂਕਿ ਅਸੀਂ ਕੌਣ ਹੁੰਦੇ ਹਾਂ, ਖਾਲਸੇ ਗੁਰੂ ਦਾ ਸਭ ਤੋਂ ਲਾਡਲਾ ਜੇ ਫੌਜ ਮਣੀ ਦੇ ਖਾਲਸਾ ਮਣੀ ਦੀ ਅਸੀਂ ਮਾਫ਼ੀ ਮੰਗਾਉਣ ਵਾਲੇ ਕੋਈ ਨਹੀਂ ਹੁੰਦੇ। ਅਸੀਂ ਇਸੇ ਕਰਕੇ ਉਹਨਾਂ ਨੂੰ ਇੱਥੇ ਸੱਦਿਆ ਸੀ, ਉਹ ਆਏ ਸੀਗੇ ਉਹਨਾਂ ਦੇ ਜਥੇਦਾਰ ਦਲਬੀਰ ਸਿੰਘ ਹੁਣੀ, ਉਹਨਾਂ ਦੇ ਸਾਹਮਣੇ ਉਹਨੇ ਮਾਫ਼ੀ ਮੰਗੀ ਆ, ਅਤੇ ਅੱਗੇ ਤੋਂ ਜਿਹੜਾ ਧਈਆ ਕੀਤਾ ਵੀ ਮੈਂ ਬੱਚੇ ਵੱਲ ਨਿਗਾਹ ਮਾੜੀ ਨਹੀਂ ਰੱਖੂੰਗਾ, ਬੱਚੇ ਨੂੰ ਚੁੱਕ ਕੇ ਨਹੀਂ ਲਿਆਊਂਗਾ, ਇਹ ਬੜੀ ਵੱਡੀ ਗੱਲ ਆ। ਇਹ ਉਹਨਾਂ ਦੀ ਛਵੀ ਕਰਕੇ, ਬਾਬਾ ਮੇਜਰ ਸਿੰਘ ਹੁਣਾਂ ਜੀ ਦੀ ਛਵੀ ਕਰਕੇ, ਕਿਉਂਕਿ ਉਹ ਸਮਾਜ 'ਚ ਚੰਗਾ ਕੰਮ ਕਰਦੇ ਆ, ਲੋਕਾਂ 'ਚ ਬਹਿਣ ਖਲੋਣ। ਪਰ ਮੈਂ ਉਹਨਾਂ ਨੂੰ ਇੱਕ ਬੇਨਤੀ ਕਰੂੰਗਾ ਵੀ ਇਹੋ ਜਿਹੇ ਲੋਕ ਜਿਹੜੇ ਗਲਤ ਅਨਸਰ ਜਿਹੜੇ ਤੁਹਾਡੇ ਨਾਲ ਜੁੜੇ ਆ, ਉਹਨਾਂ ਦੀ ਪਛਾਣ ਜ਼ਰੂਰ ਕਰੋ, ਪਛਾਣ ਕਰਕੇ, ਕਿਉਂਕਿ ਇਹੋ ਜਿਹੇ ਬੱਚੇ, ਇਹ ਇੱਕ ਸੂਰਜਦੀਪ ਸਿੰਘ ਨਹੀਂ ਆ, ਬੜੇ ਸੂਰਜ ਨੇ, ਬੜੇ ਦੀਪ ਨੇ, ਜਿਹੜੇ ਇਹੋ ਜਿਹੇ ਭੇਖੀ ਨਿਹੰਗਾਂ ਨੇ ਆਪਣੇ ਕੋਲ ਰੱਖੇ ਤਾਂ ਉਹਨਾਂ ਕੋਲ ਜਿਹੜਾ ਗਲਤ ਕੰਮ ਕਰਾ ਰਹੇ ਆ ਉਹ। ਅੱਜ ਤੁਸੀਂ ਆਪੇ ਹਿਸਾਬ ਲਾ ਸਕਦੇ ਹੋ ਬੱਚੇ ਦਾ ਤਸ਼ੱਦਦ ਦੇ ਨਿਸ਼ਾਨ ਕਿੰਨੇ ਆ ਯਾਰ। ਅਸੀਂ ਆਪਣੇ ਬੱਚੇ ਨੂੰ ਇੰਝ ਨਹੀਂ ਮਾਰ ਸਕਦੇ, ਅਤੇ ਅਸੀਂ ਕਿਸੇ ਦੇ ਬੱਚੇ ਨੂੰ ਭਾਵੇਂ ਉਹਦਾ ਬਾਪ ਹੀ ਹੋਵੇ
ਉਹਨੂੰ ਵੀ ਜਿਹੜਾ ਬੱਚੇ ਨੂੰ ਮਾਰਨ ਦੀ ਜਿਹੜਾ ਉਹ ਕੋਸ਼ਿਸ਼ ਕਰੂ ਅਤੇ ਅਸੀਂ ਡੱਕਾਂਗੇ। ਗੱਲ ਕਰੀਏ ਬੜਾ ਲੰਬਾ ਸਮਾਂ ਜਿਵੇਂ ਮੈਂ ਗੱਲ ਕੀਤੀ ਵੀ 8 ਸਾਲ ਹੋ ਗਏ ਨੇ ਬੱਚੇ ਰਹਿੰਦੇ ਨੇ, ਹੁਣ ਬੱਚੇ ਦੀ ਉਮਰ ਕਿੰਨੀ ਹੋਊਗੀ ਅਤੇ ਬੜਾ ਛੋਟੀ ਉਮਰ ਦਾ ਹੋਊਗਾ ਜਦੋਂ ਤੋਂ ਲੈ ਕੇ ਗਏ ਹੋਣਗੇ, ਠੀਕ ਹੈ ਨਾ, ਕੀ ਲੱਗਦਾ ਵੀ ਇਹ ਮਾਮਲਾ ਕੋਈ ਪਹਿਲਾ ਮਾਮਲਾ ਨਹੀਂ ਹੋ ਸਕਦਾ ਸ਼ਾਇਦ ਇਸ ਤਰ੍ਹਾਂ ਦੇ ਬੱਚੇ ਕੀ ਤਾਂ ਹੋਰ ਕਿਸ ਤਰ੍ਹਾਂ ਦੇ ਮਾਮਲੇ ਜਿਹੜੇ ਆ ਪਹਿਲੇ ਵੀ ਵੇਖਣ ਨੂੰ ਮਿਲ ਸਕਦੇ ਨੇ, ਕਿਸ ਤਰ੍ਹਾਂ ਦੇ ਇਹਦੇ ਚੀਜ਼ ਨੂੰ? ਬਿਲਕੁਲ ਇਹ ਬੜੀ ਵੱਡੀ ਸਾਜਿਸ਼ ਵੀ ਹੋ ਸਕਦੀ ਹੈ, ਬੜਾ ਵੱਡਾ ਰੈਕਟ ਹੋ ਸਕਦਾ, ਪਰ ਇਹ ਜਿਹੜਾ ਵਾਚਣਾ ਅਤੇ ਇਨਵੈਸਟੀਗੇਸ਼ਨ ਕਰਨਾ ਪ੍ਰਸ਼ਾਸਨ ਦਾ ਕੰਮ ਹੈ ਅਤੇ ਦੂਜੇ ਨੰਬਰ 'ਤੇ ਜਥੇਬੰਦੀਆਂ ਦਾ ਕੰਮ ਹੈ। ਇਹ ਅਸੀਂ ਇਕੱਲੇ ਬੰਦੇ ਨਹੀਂ ਕੰਮ ਕਰ ਸਕਦੇ, ਅਸੀਂ ਇੱਕ ਸੂਰਜਦੀਪ ਨੂੰ ਬਚਾ ਸਕਦੇ ਹਾਂ ਅਤੇ ਪ੍ਰਸ਼ਾਸਨ ਅਤੇ ਜਥੇਦਾਰ ਜਿਹੜੇ ਦਲ ਆ ਦਲ ਪੰਥ ਇਹਨਾਂ ਦੇ, ਉਹ ਦਲ ਪੰਥ ਇਹੋ ਜਿਹੀ ਪਛਾਣ ਕਰਾ ਕੇ ਹਜ਼ਾਰਾਂ ਬੱਚਿਆਂ ਨੂੰ ਇਹੋ ਜਿਹੀ ਦਲਦਲ 'ਚੋਂ ਬਾਹਰ ਕੱਢ ਸਕਦੇ ਆ। ਇਹ ਬੱਚਾ ਸਹਿਮਿਆ ਆ, ਡਰਿਆ ਆ, ਅੱਜ ਇਹ ਬੱਚਾ ਇਹਦੇ ਮਾਂ ਬਾਪ ਨੇ ਜਦੋਂ ਮੈਂ ਇੱਥੋਂ ਲਿਆਇਆ ਉੱਥੋਂ ਇਹਨੂੰ ਇਹਦੇ ਸੱਟਾਂ ਸੀ, ਕਾਫੀ ਜ਼ਿਆਦਾ ਸੱਟਾਂ ਸੀਗੀਆਂ ਅਤੇ ਸਹਿਮਿਆ ਹੋਇਆ ਸੀ, ਡਰਿਆ ਹੋਇਆ ਸੀਗਾ, ਪਰ ਅੱਜ ਮੈਂ ਬੱਚਾ ਆਪਣੇ ਕੋਲ ਉਹਨਾਂ ਕੋਲ ਮਾਂ ਪਿਓ ਬਾਪ ਕੋਲ ਖਾ ਕੇ ਉਹਨਾਂ ਨੇ ਇਹ ਗੱਲ ਕਹੀ ਵੀ ਸਾਨੂੰ ਖਤਰਾ ਵੀ ਇਹ ਨਿਹੰਗ ਸਾਡੇ ਘਰ ਭੇਜ ਸਕਦਾ, ਸਾਨੂੰ ਖਤਰਾ ਹੈ ਇਸ ਤੋਂ, ਅਤੇ ਉਹਨਾਂ ਨੇ ਮੈਨੂੰ ਬਕਾਇਦਾ ਸਟਾਮ ਲਿਖ ਕੇ ਦਿੱਤਾ ਵੀ ਜਦੋਂ ਤੱਕ ਸਾਡਾ ਬੱਚਾ ਠੀਕ ਨਹੀਂ ਹੁੰਦਾ ਅਤੇ ਜਦੋਂ ਤੱਕ ਸਾਨੂੰ ਇਸ ਕੇਸ ਦਾ ਨਿਬੇੜਾ ਨਹੀਂ ਹੁੰਦਾ ਜਾਂ ਉਹ ਮਾਫ਼ੀ ਨਹੀਂ ਮੰਗ ਕੇ ਜਾਂਦਾ ਜਾਂ ਇਹ 'ਤੇ ਪਰਚਾ ਨਹੀਂ ਹੁੰਦਾ, ਉਦੋਂ ਤੱਕ ਇਹ ਬੱਚਾ ਤੁਸੀਂ ਆਪਣੇ ਕੋਲ ਰੱਖਣਾ। ਇਹ ਬੱਚੇ ਦਾ ਮੈਂ ਇਲਾਜ ਕਰਾ ਰਿਹਾ, ਬੱਚੇ ਨੂੰ ਆਪਣੇ ਬੱਚੇ, ਕਿਉਂਕਿ ਮੇਰੇ ਵੀ ਬੱਚੇ ਨੇ ਛੋਟੇ ਛੋਟੇ 3 ਬੱਚੇ ਨੇ, ਉਹਨਾਂ ਵਿੱਚ ਰੱਖ ਰਿਹਾ, ਬੱਚੇ ਦਾ ਜਿਹੜਾ ਮਾਹੌਲ ਥੋੜ੍ਹਾ ਚੇਂਜ ਕਰ ਰਹੇ ਹਾਂ ਵੀ ਬੱਚਿਆਂ ਵਾਲੀ ਜ਼ਿੰਦਗੀ ਨੂੰ ਦੇਣਾ ਚਾਹੁੰਦੇ ਹਾਂ। ਸਰਬਜੀਤ ਸਿੰਘ ਹੈਰੀ ਜੀ, ਹੁਣ ਨਿਬੜਿਆ ਕੀ ਹੈ, ਸਾਨੂੰ ਸਾਂਝਾ ਕਰਦੇ ਹੁਣ ਕੀ ਪੁਲਿਸ ਦਿਖਾ ਦਿੱਤੀ ਆ ਜਾਂ ਬੱਚਾ ਤੁਹਾਡੇ ਹੈਂਡਓਵਰ ਕਰ ਦਿੱਤਾ ਗਿਆ ਉਸ ਨਿਹੰਗ ਸਿੰਘ ਨੂੰ ਜਿਹੜਾ ਬੱਚਾ ਛਡਵਾ ਲਿਆ ਗਿਆ ਵਾ, ਆਖਿਰ ਤਾਂ ਮੁੱਕੀ ਕੀ ਹੈ ਕਹਾਣੀ ਸਾਡੀ? ਇਹ ਮੁੱਕੀ ਹੈ ਜੀ, ਦਲ ਪੰਥ ਤਰਨਾ ਦਲ ਦੇ ਜਥੇਦਾਰ ਸਾਹਿਬ ਆਏ ਸੀਗੇ, ਉਹਨਾਂ ਦੇ ਹਜ਼ੂਰੀ 'ਚ ਉਹਨਾਂ ਦੀ ਮੌਜੂਦਗੀ 'ਚ ਜਿਹੜਾ ਵਾ ਉਸ ਸੁਰਜਨ ਸਿੰਘ ਨਿਹੰਗ ਨੇ ਜਿਹੜੀ ਮਾਫ਼ੀ ਮੰਗੀ ਆ ਵੀ ਮੈਂ ਅੱਗੇ ਤੋਂ ਇਹੋ ਜਿਹਾ ਕੋਈ ਕਰਮ ਨਹੀਂ ਕਰੂੰਗਾ ਅਤੇ ਇਹੋ ਜਿਹਾ ਇਹ ਬੱਚੇ ਨੂੰ ਜਿਹੜਾ ਤੰਗ ਨਹੀਂ ਕਰੂੰਗਾ, ਨਾ ਹੀ ਇਹ ਬੱਚੇ 'ਤੇ ਨਿਗਾਹ ਰੱਖੂੰਗਾ ਅਤੇ ਨਾ ਇਹ ਬੱਚਾ ਘਰੋਂ ਚੁੱਕ ਕੇ ਲਿਆਊਂਗਾ। ਉਹਨੇ ਮਾਫ਼ੀ ਮੰਗੀ ਆ ਅਤੇ ਕਹਿੰਦੇ ਵੀ ਮਾਫ਼ੀ ਤੋਂ ਅੱਗੇ ਕੋਈ ਵੱਡੀ ਗੱਲ ਨਹੀਂ ਹੁੰਦੀ ਅਤੇ ਨਾ ਹੀ ਅਸੀਂ ਇਸ ਬੱਚੇ ਦੀ ਜ਼ਿੰਦਗੀ ਵਾਸਤੇ, ਕਿਉਂਕਿ ਇਸ ਨੂੰ ਕਿਸੇ ਚੰਗੇ ਥਾਂ 'ਤੇ ਲਾਉਣਾ, ਇਸ ਬੱਚੇ ਦੀ ਸੁਰੱਖਿਆ ਵੀ ਕਰਨੀ ਹੈ ਅਤੇ ਇਸ ਬੱਚੇ ਨੂੰ ਪੜ੍ਹਾਉਣਾ ਵੀ ਆ, ਉਹਨੇ ਮਾਫ਼ੀ ਮੰਗ ਕੇ ਅਤੇ ਜਿਹੜਾ ਇੱਕ ਲਿਖਤੀ ਰੂਪ 'ਚ ਦਿੱਤਾ। ਫਿਰ ਅਸੀਂ ਜਿਹੜਾ ਵਾ ਥਾਣੇ ਦੇ ਵਿੱਚ ਉਹ ਲਿਖਤੀ ਰਾਜ਼ੀਨਾਮਾ ਜਿਹੜਾ ਸੀਗਾ ਉਹ ਅਸੀਂ ਮਾਫ਼ੀਨਾਮਾ ਭੇਜ ਦਿੱਤਾ ਅਤੇ ਉਹ ਜਿਹੜਾ ਅਸੀਂ ਕੇਸ ਬੰਦ ਕਰਾ ਦਿੱਤਾ। ਪਰ ਇਹਦਾ ਮਤਲਬ ਇਹ ਨਹੀਂ ਵੀ ਕੇਸ ਬੰਦ ਹੋ ਗਿਆ, ਇਹਦਾ ਮੈਡੀਕਲ ਹੋਇਆ, ਸਾਰਾ ਕੁਛ ਹੋਇਆ। ਜੇ ਬੱਚੇ ਨੂੰ ਕੱਲ੍ਹ ਨੂੰ ਤੰਗ ਕਰੇਗਾ, ਕਿਉਂਕਿ ਇਸ ਵੇਲੇ ਜ਼ਿੰਮੇਵਾਰੀ ਆ ਤਰਨਾ ਦਲ ਦੀ, ਉਹਨਾਂ ਦਲ ਪੰਥ ਨੇ ਜ਼ਿੰਮੇਵਾਰੀ ਚੁੱਕੀ ਆ, ਉਸ ਨਿਹੰਗ ਦੀ ਵੀ, ਉਹ ਤੰਗ ਨਹੀਂ ਕਰੇਗਾ ਅਤੇ ਆਉਣ ਵਾਲੇ ਸਮੇਂ 'ਚ ਜਿਹੜਾ ਵਾ ਇਹ ਉਹਨਾਂ ਪਰਿਵਾਰ ਨੂੰ ਡਰਾਊ ਧਮਕਾਊਗਾ ਨਹੀਂ ਅਤੇ ਨਾਲ ਜਿਹੜਾ ਵਾ ਇਹ ਬੱਚੇ ਦੀ ਸੁਰੱਖਿਆ ਉਹਨਾਂ ਦੇ ਹਵਾਲੇ ਆ ਅਤੇ ਜਿਹੜਾ ਇਹਦਾ ਅਸੀਂ ਪ੍ਰਸ਼ਾਸਨ ਤੋਂ ਪਰਚੇ ਦੀ ਗੱਲ ਕਰਦੇ ਸੀ ਉਹਦੀ ਮਾਫ਼ੀਨਾਮਾ ਉੱਥੇ ਭੇਜ ਦਿੱਤਾ। ਹੁਣ ਅਸੀਂ ਹਾਲੇ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ, ਪਰ ਜੇ ਬੱਚੇ ਨੂੰ ਤੰਗ ਪਰੇਸ਼ਾਨ ਕਰੇਗਾ ਅਗਲੇ ਸਮੇਂ 'ਚ ਅਸੀਂ ਠੋਕ ਕੇ ਉਹਨਾਂ 'ਤੇ ਜਿਹੜੀ ਆ ਕਾਰਵਾਈ ਕਰਾਂਗੇ। ਨਾਲ ਦੀ ਨਾਲ ਐਤਵਾਰ, ਇਸ ਐਤਵਾਰ ਪੁਲਿਸ ਦੀ ਮੌਜੂਦਗੀ 'ਚ ਇਹ ਬੱਚਾ ਜਿਹੜਾ ਉਹਨਾਂ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਜਾਊਗਾ। ਉਸ ਤੋਂ ਬਾਅਦ ਉਹਨਾਂ ਦੇ ਮਾਪਿਆਂ ਨਾਲ ਸਲਾਹ ਕਰਕੇ ਇਸ ਨੂੰ ਕਿਸੇ ਚੰਗੇ ਕੰਮ ਦੇ ਉੱਤੇ ਉੱਥੇ ਵੇਰ ਕੇ ਹੀ ਜਿਹੜਾ ਵਾ ਪਾ ਦਿੱਤਾ ਜਾਊਗਾ। ਕੀ ਲੱਗਦਾ ਨਹੀਂ ਵੀ ਸਰਬਜੀਤ ਸਿੰਘ ਹੈਰੀ ਜੀ, ਇਸ ਤਰ੍ਹਾਂ ਦੇ ਕਾਰਨ ਜਿਵੇਂ ਪਹਿਲੋਂ ਗੱਲ ਕੀਤੀ ਵੀ ਇਸ ਤਰ੍ਹਾਂ ਦੇ ਕੰਮਾਂ ਦੇ ਲੰਘ ਕੇ ਅਤੇ ਨਿਹੰਗ ਸਿੰਘ ਜਿਹੜੀ ਜਥੇਬੰਦੀਆਂ ਉਹ ਵੀ ਬਦਨਾਮ ਹੁੰਦੀਆਂ ਨੇ ਲੈ ਕੇ, ਕੀ ਲੱਗਦਾ ਨਹੀਂ ਵੀ ਇਸ ਜਿਹੜਾ ਬੰਦਾ ਕੋਈ ਇਸ ਤਰ੍ਹਾਂ ਗਲਤ ਕੰਮ ਕਰਦਾ ਉਹਨੂੰ ਜਿਹੜਾ ਪੰਥ 'ਚੋਂ ਛੇਕਣਾ ਚਾਹੀਦਾ ਜਾਂ ਕਿਸੇ ਤਰ੍ਹਾਂ ਦਾ ਕੋਈ ਕਾਰਵਾਈ ਹੋਣੀ ਚਾਹੀਦੀ ਹੈ, ਕਿਉਂਕਿ ਬਾਕੀ ਜਿਹੜੇ ਪੰਥ ਨੇ ਜਾਂ ਜਥੇਬੰਦੀਆਂ ਨੇ ਉਹ ਵੀ ਕਿਤੇ ਕਿਤੇ ਬਦਨਾਮ ਹੁੰਦੀਆਂ ਨੇ? ਬਿਲਕੁਲ ਬਿਲਕੁਲ, ਇਸ ਤਰ੍ਹਾਂ ਦੇ ਕਈ ਵੀਡੀਓ ਸਾਹਮਣੇ ਆਏ ਆ ਵੀ ਜਿਹਦੇ ਵਿੱਚ ਨਿਹੰਗ ਸਿੰਘ ਨਸ਼ਾ ਕਰਦੇ ਹੋਏ ਸ਼ਰੇਆਮ ਉਹ ਦੇਖੇ ਗਏ ਨੇ। ਇਸ ਤਰ੍ਹਾਂ ਦੇ ਕਾਫੀ ਕੇਸ ਆਏ ਨੇ ਜਿਨ੍ਹਾਂ 'ਚ ਇਹੋ ਜਿਹੇ ਬੱਚਿਆਂ ਨੂੰ, ਛੋਟੇ ਭੋਲੇ ਬੱਚਿਆਂ ਨੂੰ ਬੰਦੂਕ ਬਣਾ ਕੇ ਰੱਖਿਆ ਜਾਂਦਾ ਅਤੇ ਇਹੋ ਜਿਹੇ ਕੇਸਾਂ ਦੇ ਵਿੱਚ ਦਲ ਪੰਥ ਨੂੰ
ਆਪ ਮੋਹਰੀ ਹੋ ਕੇ ਇਹਨਾਂ ਦੀ ਪਛਾਣ ਕਰਕੇ ਉਹਨਾਂ ਨੂੰ ਛੇਕਣਾ ਚਾਹੀਦਾ ਅਤੇ ਵੱਖਰੀ ਨਾਲ ਦੰਡ ਦੇਣਾ ਚਾਹੀਦਾ ਆਪਣੀ ਤੌਰ 'ਤੇ ਅਤੇ ਪ੍ਰਸ਼ਾਸਨ ਦੇ ਤੌਰ 'ਤੇ ਵੀ ਜਿਹੜਾ ਵਾ ਉਹਨਾਂ 'ਤੇ ਕਾਰਵਾਈ ਕਰਵਾਉਣੀ ਚਾਹੀਦੀ ਹੈ। ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਦੇਖਿਆ ਵੀ ਅੱਜ ਨੌਜਵਾਨ ਜਿਹੜਾ ਕਿ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਸਰਬਜੀਤ ਸਿੰਘ ਹੈਰੀ ਉਹਨਾਂ ਵੱਲੋਂ ਇੱਕ ਬੱਚੇ ਨੂੰ ਜਿਹੜਾ ਕਿ ਨਿਹੰਗ ਸਿੰਘ ਦੇ ਚੜੇ ਚੁੰਗੋ 'ਚੋਂ ਛੁਡਾ ਕੇ ਅੱਜ ਉਸ ਕੋਲ ਵਧੂਆ ਜਿਹੜਾ ਕਿ ਕੰਮ ਕਰਾਇਆ ਜਾਂਦਾ ਸੀ। ਤੁਸੀਂ ਦੇਖ ਸਕਦੇ ਹੋ ਬੱਚੇ ਦੀ ਉਮਰ ਅਜੇ ਕੁਛ ਵੀ ਨਹੀਂ ਆ, ਪਰ ਬੱਚੇ ਜਿਹੜਾ ਤਸ਼ੱਦਦ ਬਹੁਤ ਕੀਤੇ ਗਏ ਨੇ। ਬੱਚਾ ਪਿਛਲੇ 8 ਸਾਲਾਂ ਤੋਂ ਜਿਹੜਾ ਕਿ ਇੱਥੇ ਰਹਿ ਰਿਹਾ ਸੀ ਅਤੇ ਇਸਦਾ ਕਹਿਣਾ ਸੀ ਵੀ ਉਸਨੂੰ ਮਾਰ ਕੁੱਟਿਆ ਜਾਂਦਾ ਸੀ। ਉਸ 'ਤੇ ਜਿਹੜੇ ਕਿ ਲਾਸ਼ਾਂ ਜਿਹੜੀਆਂ ਪਿੰਡ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਪਈਆਂ, ਪਰ ਸਰਬਜੀਤ ਸਿੰਘ ਹੈਰੀ ਜਿਹੜੇ ਕਿ ਸਮਾਜ ਸੇਵੀ ਨੇ ਹਮੇਸ਼ਾ ਹੀ ਲੋਕਾਂ ਦੇ ਹਮਦਰਦ ਬਣਦੇ ਨੇ, ਲੋਕਾਂ ਦੇ ਨਾਲ ਖੜਦੇ ਨੇ, ਜਿੱਥੇ ਕਿਤੇ ਜ਼ੁਲਮ ਹੁੰਦਾ ਉਹਦੀ ਆਵਾਜ਼ ਚੁੱਕਦੇ ਨੇ। ਜਦੋਂ ਇਹਨਾਂ ਨੂੰ ਪਤਾ ਲੱਗਿਆ ਇਸ ਬੱਚੇ ਬਾਰੇ ਤਾਂ ਉੱਥੇ ਜਾ ਕੇ ਇਹਨਾਂ ਨੇ ਵਿਰੋਧ ਕੀਤਾ ਉਸ ਨਿਹੰਗ ਸਿੰਘ ਦਾ ਅਤੇ ਜਿਹੜਾ ਨਿਹੰਗ ਸਿੰਘ ਜਿਹੜੀ ਚੁੰਗਲ ਵਿੱਚੋਂ ਜਿਹੜਾ ਇਸ ਬੱਚੇ ਨੂੰ ਜਿਹੜਾ ਲਿਆ ਕੇ ਆਜ਼ਾਦ ਕਰਾਇਆ ਤੁਸੀਂ ਦੇਖ ਸਕਦੇ ਹੋ। ਅਤੇ ਸਰਬਜੀਤ ਸਿੰਘ ਦਾ ਇਹ ਵੀ ਕਹਿਣਾ ਵੀ ਹੁਣ ਜਿਹੜਾ ਬੱਚਾ ਜਿਹੜਾ ਵਾ ਉਹਨਾਂ ਦੇ ਪਰਿਵਾਰ ਦੇ ਜਿਹੜਾ ਹੱਥ ਜਿਹੜਾ ਹੈਂਡਓਵਰ ਐਤਵਾਰ ਨੂੰ ਕੀਤਾ ਜਾਊਗਾ ਅਤੇ ਪੁਲਿਸ ਦੀ ਜਿਹੜੀ ਮੌਜੂਦਗੀ ਵਿੱਚ ਕੀਤਾ ਜਾਊਗਾ ਤਾਂ ਜੋ ਕਿ ਜਿਹੜਾ ਕਿਸੇ ਕਿਸਮ ਦੀ ਗਾਂ ਬੱਚੇ ਨੂੰ ਜਾਂ ਪਰਿਵਾਰ ਨਾਲ ਕੋਈ ਖਤਰਾ ਨਾ ਰਹੇ। ਮੈਨੂੰ ਦਿਓ ਇਜਾਜ਼ਤ, ਮੈਂ ਤੁਹਾਡਾ ਆਪਣਾ ਹਰਜੀਤ ਗਰੇਵਾਲ, ਪੰਜਾਬੀ ਲੋਕ ਚੈਨਲ, ਅੰਮ੍ਰਿਤਸਰ।